ਅੱਜ ਤਾਂ ਜੀ ਭਰ ਕੇ ਦੇਖਣ ਨੂੰ ਜੀ ਕਰਦਾ, ਬਹੁਤ ਦਿਨਾਂ ਬਾਅਦ ਮਿਲੇ ਹਾਂ। ਬਿਲੋ ਹਗੜਾ ਕਦੇ ਵੇਖਿਆ ਨਹੀਂ ਤੁਸੀਂ? ਨਾ, ਜਿਹੜੀ ਆਹ ਮੁਲਾਕਾਤ ਹੈ ਨਾ, ਇਹ ਤਾਂ ਬਹੁਤ ਵਧੀਆ ਮੁਲਾਕਾਤ ਹੋਈ ਹੈ। ਕੀ ਕਰਾਂ, ਪਹਿਲਾਂ ਤਾਂ ਉਹ ਘਰੇ ਰਹਿੰਦਾ, ਫਿਰ ਸੌਖਾ, ਹੁਣ ਉਹ ਪੇਪਰ ਦੇਣ ਗਈ ਆ, ਸ਼ਾਮ ਤੱਕ ਨਹੀਂ ਉਹਨੇ ਆਉਣਾ। ਪੱਕੀ ਗੱਲ ਹੈ? ਹਾਂ ਫਿਰ ਤਾਂ ਨਜ਼ਾਰੇ ਹੀ ਨਜ਼ਾਰੇ ਨੇ ਅੱਜ। ਓਏ ਲਾਲ ਦੀ ਹੋਰ ਕਾਹਦੀ ਖੁਸ਼ਖਬਰੀ? ਕਿਉਂ ਲਾਲ ਕੀ, ਮੈਂ ਉੱਪਰੋਂ ਲਿਆਉਣਾ ਵਾ, ਰਾਤ ਨੂੰ ਤਾਂ ਡਾਕੇ ਪੈ ਜਾਂਦੇ ਹੋ ਤੁਸੀਂ। ਅੱਛਾ, ਖੁਸ਼ਖਬਰੀ ਦੇਵੋਗੀ? ਇਹ ਗੱਲ ਹੈ? ਚੱਲ ਕੋਈ ਨਾ, ਹੁਣ ਅੱਗੇ ਵਾਸਤੇ ਦਾਰੂ ਨਹੀਂ ਪੀਆ ਕਰਦਾ, ਤੈਨੂੰ ਟਾਈਮ ਦੇਊਂਗਾ ਹੁਣ ਮੈਂ। ਚੰਗਾ। ਚੰਗਾ। ਵੀਰੇ ਮੈਨੂੰ ਥੋੜ੍ਹੇ ਜਿਹੇ ਪੈਸੇ ਦਿਓ। ਕਿੰਨੇ ਕੁ ਚਾਹੀਦੇ? ਸੌਖਾ, ਦੇ ਦਿਓ 500 ਰੁਪਇਆ। ਬਸ ਬਸ ਸਰ ਜੂਗਾ। ਲੈ ਆ 1,000 ਰੁਪਇਆ। ਠੀਕ ਹੈ ਵੀਰੇ। ਸੁੱਖ, ਪੜ੍ਹਾਈ ਕਿਵੇਂ ਚੱਲ ਰਹੀ ਹੈ? ਪੜ੍ਹਾਈ ਤਾਂ ਵੀਰੇ ਵਧੀਆ ਚੱਲੀ ਜਾਂਦੀ ਆ। ਚੱਲ ਮੇਰੀ ਭੈਣੇ, ਮਾਣ ਲਾ ਕੇ ਪੜ੍ਹਿਆ ਕਰ। ਨਾਲੇ ਪਤਾ ਕੀ ਹੈ, ਦੁਨੀਆ ਦੇ ਹਾਲਾਤ ਬਹੁਤ ਖਰਾਬ ਨੇ, ਘਰੋਂ ਸਿੱਧੀ ਕਾਲਜ ਅਤੇ ਕਾਲਜ ਤੋਂ ਸਿੱਧੀ ਘਰੇ। ਠੀਕ ਹੈ ਵੀਰੇ। ਹਾਂ, ਧਿਆਨ ਰੱਖਿਆ ਕਰ। ਠੀਕ ਹੈ ਵੀਰੇ। ਵੈਸੇ ਵੀ ਮੈਂ ਹੁਣ ਪੜ੍ਹ ਕੇ ਨਾ ਜੌਬ ਕਰਨੀ ਹੈ ਅੱਗੇ। ਕੋਈ ਗੱਲ ਨਹੀਂ, ਜੋਬ ਕਰ ਲਈ, ਇੱਕ ਤੇਰੇ ਵਾਸਤੇ ਰਿਸ਼ਤਾ ਵੀ ਆ ਰਿਹਾ ਸੱਚ। ਵੀਰੇ ਹਜੇ ਨਹੀਂ ਕਰਾਉਣਾ ਕਰਾਉਣਾ, ਮੈਂ ਤਾਂ ਪੜ੍ਹਾਈ ਕਰਨੀ ਹੈ ਅਜੇ। ਚੱਲ ਕੋਈ ਨਾ, ਤੇਰੇ ਬਗੈਰ ਪੁੱਛੇ ਥੋੜ੍ਹਾ ਤੇਰਾ ਰਿਸ਼ਤਾ ਕਰ ਦੂੰ ਮੈਂ। ਠੀਕ ਹੈ ਵੀਰੇ। ਚੰਗਾ ਮੈਂ ਜਾਣੀ ਆ, ਮੈਂ ਲੇਟ ਹੋ ਰਹੀ ਹਾਂ। ਮੈਂ ਛੱਡ ਦਿੰਦਾ ਸੁੱਖ ਕਾਲਜ। ਨਹੀਂ ਵੀਰੇ, ਮੇਰੀ ਸਹੇਲੀ ਹੈਗੀ, ਮੈਂ ਤੈਨੂੰ ਸਕੂਟੀ 'ਤੇ ਵਗ ਜੂੰਗੀ। ਚੱਲ ਠੀਕ ਆ, ਧਿਆਨ ਰੱਖੀ ਆਪਦੇ। ਚੰਗਾ। ਠੀਕ ਹੈ ਵੀਰੇ। ਚੰਗਾ ਭਾਬੀ, ਮੈਂ ਜਾ ਰਹੀ ਹਾਂ। ਜਾ ਰਹੀ ਹਾਂ? ਹਾਂ। ਚੱਲ ਕੋਈ ਨਹੀਂ, ਚੱਲ ਜਾ, ਨਾਲ ਨਾ ਧਿਆਨ ਨਾ ਜਾਇਆ ਕਰ। ਠੀਕ ਆ ਭਾਬੀ। ਅਤੇ ਜਦੋਂ ਛੁੱਟੀ ਹੋ ਗਈ ਨਾ ਕਾਲਜ 'ਚ, ਮੈਨੂੰ ਫੋਨ ਕਰ ਦੀ। ਚੰਗਾ। ਠੀਕ ਆ, ਕੋਈ ਨਾ ਭਾਬੀ, ਕਰ ਦੂੰਗੀ। ਹਾਂ ਚੰਗਾ, ਮੈਂ ਜਾਂਦੀ ਹਾਂ। ਚੰਗਾ, ਜਾ, ਲੇਟ ਨਾ ਹੋਈ। ਬਿੱਲੋ ਗੱਲ ਸੁਣੀ? ਹਾਂਜੀ। ਬਿੱਲੋ ਮੈਂ ਐਂ ਕਹਿ ਰਿਹਾ ਸੀ, ਮੈਂ ਚੱਲਿਆ ਸ਼ਹਿਰ ਨੂੰ, ਹੁਣ ਜੇ ਕੋਈ ਸਮਾਨ ਸਲਾ ਮੰਗਾਉਣਾ ਮੈਨੂੰ ਦੱਸ ਦੇ। ਸਮਾਨ ਤਾਂ ਲਿਆਉਣਾ ਹੈ ਜੀ, ਪਰ ਰਸੋਈ ਦਾ ਰਾਸ਼ਨ ਮੁੱਕਿਆ ਪਿਆ। ਅੱਛਾ, ਕੋਈ ਹੋਰ ਤੇਰੇ ਵਾਸਤੇ ਸਮਾਨ ਸਲਾ ਲਿਆਉਣਾ? ਮੇਰੇ ਵਾਸਤੇ ਤਾਂ ਕੁਛ ਨਹੀਂ ਲਿਆਉਣਾ, ਨਾਲ ਨਾ ਮੈਂ ਤੁਹਾਡੇ ਨਾਲ ਗੱਲ ਕਰਨੀ ਆ। ਹਾਂ ਬੋਲ, ਕੀ ਗੱਲ ਕਰਨੀ ਆ? ਜੇ ਸੁੱਖ ਨੇ 500 ਰੁਪਇਆ ਮੰਗਿਆ ਸੀ ਤੇ 500 ਹੀ ਦੇਣਾ ਸੀ, ਹੁਣ 1,000 ਦੇਣ ਦੀ ਕੀ ਲੋੜ ਸੀ? ਓਏ ਕਾਮਲੀਏ, ਫੇਰ ਕੀ ਹੋਗਾ ਜੇ 1,000 ਦੇ ਤਾ? ਉਹ ਕੋਈ ਜਵਾਕ ਨਹੀਂ ਵੀ ਗਲਤ ਥਾਂ ਪੈਸੇ ਲਾਊਗੀ। ਉਹ ਮੈਂ ਨਹੀਂ ਕਹਿੰਦੀ ਜੀ ਕਿ ਉਹ ਗਲਤ ਆ, ਪਰ ਜ਼ਮਾਨਾ ਬੜਾ ਮਾੜਾ ਆ, ਨਾਲੇ ਨਾ ਕੁੜੀਆਂ ਨੂੰ ਇਹਨਾਂ ਸਿਰ ਦੀ ਚੜ੍ਹਾਈ ਦਾ ਬਗਾਨੇ ਕਰੇ ਜਾਣਾ ਉਹਨੇ। ਉਹ ਕੋਈ ਗੱਲ ਨਹੀਂ, ਮੈਨੂੰ ਪਤਾ ਮੇਰੀ ਭੈਣ ਦਾ, ਇਹੋ ਜਿਹਾ ਕੋਈ ਕੰਮ ਨਹੀਂ ਕਰਦੀ ਜਿਹਦੇ ਵਿੱਚ ਸਾਡੀ ਇੱਜ਼ਤ ਨੂੰ ਦਾਗ ਲੱਗੇ, ਸਭ ਜਾਣਦਾ ਮੈਂ। ਚਲੋ ਮੈਂ ਤਾਂ ਤੁਹਾਨੂੰ ਸਮਝਾਉਣਾ ਸੀ, ਨਹੀਂ ਸਮਝਣਾ ਤੁਹਾਡੀ ਮਰਜ਼ੀ ਆ। ਉਹ ਸਮਝਾਉਣ ਨੂੰ ਯਾਰ ਨਾ ਤਾਂ ਉਹ ਜਵਾਕੜੀ ਹੈ, ਨਾ ਕੋਈ ਮੈਂ ਜਵਾਕ ਹਾਂ। ਚੱਲ ਠੀਕ ਆ, ਚੱਲਿਆ ਸ਼ਹਿਰ ਨੂੰ ਹੁਣ ਮੈਂ। ਜਾਇਓ। ਚਲ ਸੁੱਖ ਵੀ ਚਲ ਗਈ ਕਾਲਜ, ਇਹ ਵੀ ਸ਼ਾਮ ਤੱਕ ਨਹੀਂ ਮੁੜਦੇ, ਹੁਣ ਮੈਂ ਇਕੱਲੀ ਨੇ ਕਰਨਾ ਵੀ ਕੀ ਆ। ਚੱਲ ਇਹਨੇ ਘਰ ਦੇ ਕੰਮ ਨਿਬੇੜ ਲੈਂਦੀ ਹਾਂ, ਬਿੰਦ ਝੱਟ ਆਰਾਮ ਕਰ ਲੂੰਗੀ, ਫਿਰ ਜਦੋਂ ਆ ਗਏ ਫਿਰ ਨਹੀਂ ਮੈਨੂੰ ਬੈਠਣ ਦਿੰਦੇ ਬਿੰਦ ਵੀ। ਸਤਿ ਸ਼੍ਰੀ ਅਕਾਲ ਭਾਈ ਜੀ। ਸਤਿ ਸ਼੍ਰੀ ਅਕਾਲ ਭਾਈ, ਸਤਿ ਸ਼੍ਰੀ ਅਕਾਲ। ਕਾਲਜ ਜਾਣੀ ਹੈ ਭਾਈ? ਹਾਂਜੀ ਭਾਈ ਜੀ, ਕਾਲਜ ਜਾ ਰਹੀ ਹਾਂ। ਖਾਸੇ ਦਿਨਾਂ ਬਾਅਦ ਜਾ ਰਹੀ ਹੈ ਭਾਈ? ਹੈ ਹਾਂਜੀ, ਉਹ ਨਾ ਛੁੱਟੀਆਂ ਸੀ ਕਾਲਜ ਤੋਂ, ਤਾਂ ਕਾਲਜ ਹੁਣ ਸਟਾਰਟ ਹੋਏ ਆ। ਚੱਲ ਕੋਈ ਨਾ ਭਾਈ, ਪੜ੍ਹਨਾ ਤਾਂ ਚੰਗੀ ਗੱਲ ਹੈ, ਪੜ੍ਹ ਲਿਖ ਕੇ ਕੋਈ ਨੌਕਰੀ ਮਿਲ ਜੂਗੀ। ਹੈ ਜੀ ਭਾਈ ਜੀ। ਚਲੋ ਮੈਂ ਚੱਲਦੀ ਹਾਂ, ਲੇਟ ਹੋ ਰਹੀ ਹਾਂ। ਚੱਲ ਠੀਕ ਹੈ ਭਾਈ।
ਜੈਲਿਆ ਸੁੱਖ ਤਾਂ ਗਈ ਕਾਲਜ, ਬਿੱਲੋ ਨੂੰ ਮਿਲ ਕੇ ਆਉਂਦੇ ਹਾਂ ਅੱਜ ਤਾਂ, ਖਾਸੇ ਦਿਨਾਂ ਬਾਅਦ ਮਿਲਾਂਗੇ। ਇੱਕ ਮਿੰਟ ਜੀ, ਗੱਲ ਸੁਣਿਓ ਜੀ। ਹਾਂ ਬੋਲ ਵੀਰੇ। ਵੀਰਾ ਨਾ ਕਿਆ ਕਰੋ, ਭਾਵੇਂ ਮੈਨੂੰ ਗੋਲੀ ਮਾਰ ਦਿਓ। ਅੱਛਾ ਬੋਲ, ਕੀ ਗੱਲ ਕਰ ਰਹੀ ਆ? ਮੈਂ ਤੁਹਾਨੂੰ ਪਸੰਦ ਕਰਦਾ ਜੀ। ਪਸੰਦ ਤਾਂ ਮੈਨੂੰ ਕਈ ਜਣੇ ਕਰਦੇ ਆ, ਤੇ ਪਿਆਰ ਵੀ ਕਰਦਾ ਤੁਹਾਨੂੰ। ਤੂੰ ਨਾ ਪੜ੍ਹ ਲਿਖ ਲਾ, ਕਿਉਂ ਐਵੇਂ ਪੁੱਠੇ ਕੰਮਾਂ 'ਚ ਪਿਆ ਹੋਇਆ? ਆਸ਼ਕੀ ਉਸ਼ਕੀ ਛੱਡ ਦੇ, ਕੁਛ ਕਰ ਲਾ, ਪੜ੍ਹ ਲਾ, ਨਾਲੇ ਮੈਨੂੰ ਵੀ ਪੜ੍ਹ ਲੈਣ ਦੇ, ਤੇ ਨਾਲੇ ਅੱਗੇ ਤੂੰ ਮੇਰਾ ਰਾਹ ਨਾ ਰੋਕੀ। ਆਏ ਵੱਡੇ ਭੂੰਡ ਆਸ਼ਕ, ਆਸ਼ਕੀਆਂ ਕਰਦੇ ਫਿਰਦੇ ਆ। ਉਹ ਮੱਗਰਾ ਕਿੱਧਰ ਚੱਲ ਪਿਆ? ਉਹ ਜੈਲਿਆ ਮੈਂ ਤਾਂ ਸ਼ਹਿਰ ਜਾਂਦਾ ਸੀ ਯਾਰ। ਸ਼ਹਿਰ ਜਾਂਦਾ ਸੀ? ਹਾਂ। ਕਿੰਨਾ ਕੁ ਟਾਈਮ ਲੱਗ ਜਾਏਗਾ? ਟਾਈਮ ਤਾਂ 2-3 ਘੰਟੇ ਤਾਂ ਲੱਗ ਹੀ ਜਾਣਗੇ। ਅੱਛਾ, ਕਿਵੇਂ ਕੰਮ ਸੀ ਕੋਈ? ਮੈਂ ਯਾਰ ਸਪਰੇਅ ਮੰਗਵਾਉਣੀ ਸੀ। ਫਿਰ ਲਿਆ ਤੂੰ, ਇਹ ਕੀ ਖਾਸ ਗੱਲ ਆ ਯਾਰ? ਐਂ ਕਰੀ, ਹਾਂ ਕੱਖਾਂ ਵਾਲੀ ਦਵਾਈ ਲਿਆਈ, ਲੈ ਪੈਸੇ ਲੈ ਜਾ। 1 ਲੀਟਰ ਲਿਆਵਾਂ? ਹਾਂ ਚੱਲ ਠੀਕ ਆ, ਉਹਦਾ ਲਿਆ ਦੂੰ। ਹੋਰ ਤਾਂ ਨਹੀਂ ਕੁਛ ਮੰਗਵਾਉਣਾ? ਨਾ ਨਾ, ਹੋਰ ਤਾਂ ਕੁਛ ਨਹੀਂ ਮੰਗਵਾਉਣਾ। ਚੱਲ ਕੋਈ ਨਹੀਂ, ਐ ਵੀ ਘੰਟਾ ਲੇਟ ਹੋ ਜੂਗੀ ਸਪਰੇਅ, ਹੋਰ ਕੀ ਹੈ। ਹਾਂ ਉਹ ਤਾਂ ਲੇਟ ਹੋ ਜੂ ਤਾਂ ਵੀ ਕੋਈ ਗੱਲ ਨਹੀਂ, ਚੱਲ ਮੈਂ ਚੱਲਦਾ ਫਿਰ, ਮੈਨੂੰ ਟਾਈਮ ਲੱਗ ਜੂ ਸ਼ਹਿਰ ਵੀ। ਚੱਲ ਠੀਕ ਹੈ, ਚੰਗਾ। ਲੈ ਬਈ, ਇਸੇ ਦਾ ਡਰ ਸੀ, ਇਹ ਵੀ ਗਿਆ। ਲੈ ਵੀ ਜੈਲਿਆ, ਬਿੱਲੋ ਅੱਜ ਕਈ ਦਿਨਾਂ ਬਾਅਦ ਮਿਲੂਗੀ, ਖੁਸ਼ ਹੋ ਜੂਗੀ ਅੱਜ ਤਾਂ ਦੇਖ ਕੇ। ਚੱਲ ਮਿਲਦੇ ਹਾਂ ਜਾ ਕੇ। ਹਾਏ ਵੇ ਚੱਲਿਆ ਤੂੰ, ਕਿਉਂ? ਮੈਂ ਤੈਨੂੰ ਮਿਲਣਾ ਆ। ਵੀ ਮਿਲਣ ਤਾਂ ਆਇਆ ਉਹ ਤਾਂ ਠੀਕ ਆ, ਤੂੰ ਬਿਨਾਂ ਦੱਸੀ ਆ ਗਿਆ, ਜੇ ਕਿਸੇ ਨੇ ਵੇਖ ਲਿਆ ਫਿਰ? ਉਹ ਦੇਖਣਾ ਕਿਹਨੇ ਹੈ, ਸੁੱਖ ਹੈ ਉਹ ਮੈਨੂੰ ਮਿਲ ਕੇ ਗਈ ਹੈ, ਮੱਗਰ ਹੈ ਉਹ ਵੀ ਸ਼ਹਿਰ ਗਿਆ। ਉਹ ਮੱਗਰ ਦਾ ਕੀ ਪਤਾ ਆ, ਵਾਪਸ ਆ ਜੇ। ਐਂ ਕਿਵੇਂ ਵਾਪਸ ਆ ਜੂਗਾ, ਜੈਲਾ ਪੱਕਾ ਪੈਂਚਰ ਲਾਉਂਦਾ ਪੱਕਾ। ਐਂ ਤਾਂ ਮੈਨੂੰ ਪਤਾ ਕਿ ਜੈਲਾ ਪੂਰਾ ਕੁੱਤੇ ਦਾ ਵੱਡਿਆ ਹੋਇਆ। ਫਿਰ ਜੈਲੇ ਨੂੰ ਹੀ ਜਾਣਦੀ ਹੈ ਤੂੰ। ਲੈ ਸਮਝੂ। ਹੋਰ ਸੁਣਾ? ਠੀਕ ਹੈ, ਮੇਰੇ ਤਾਂ ਬਹੁਤ ਔਖੇ ਦਿਨ ਲੰਘੇ ਨੇ। ਵੀ ਦਿਨ ਤਾਂ ਮੇਰੇ ਵੀ ਬੜੇ ਔਖੇ ਲੰਘਦੇ ਨੇ, ਕੀ ਦੱਸਾਂ ਤੈਨੂੰ। ਉਹ ਸੁੱਖ ਆ ਗਈ ਉੱਥੋਂ ਹੋਸਟਲ 'ਚੋਂ, ਪੜ੍ਹਾਈ ਪੂਰੀ ਹੋ ਗਈ ਨਾ ਉੱਥੇ, ਹੁਣ ਕਿੰਨੇ ਦਿਨ ਹੋ ਗਏ ਘਰੀ ਬੈਠੀ ਸੀ। ਉਹ ਮੈਂ ਤਾਂ ਆਪ ਰੋਜ਼ ਦੇਖਦਾ ਸੀ, ਮਸਾਂ ਅੱਜ ਟਾਈਮ ਲੱਗਿਆ ਮਿਲਣ ਦਾ, ਨਾ ਰਾਤ ਨੂੰ ਚੈਨ ਨਾ ਦਿਨੇ ਚੈਨ, ਔਖਾ ਹੋਇਆ ਪਿਆ ਸੀ ਜਮੀ। ਚੱਲ ਚੰਗਾ, ਕੋਈ ਗੱਲ ਨਹੀਂ, ਥੋੜ੍ਹੇ ਦਿਨ ਹੋਰ ਟਪਾ ਲਾ, ਫਿਰ ਹੋ ਜਾਏਗਾ ਸੌਖਾ। ਲੈ ਫਿਰ ਮਿੱਠੀ ਦਾ ਦੇ ਇੱਕ। ਉਹ ਚੱਲ ਭਰਾ ਮਰ ਤੂੰ, ਮਿੱਠੀ ਦੇ ਦੇ, ਕੋਈ ਆ ਜੂਗਾ ਜਾਂ ਭੱਜ ਆ। ਉਹ ਨਹੀਂ ਆਉਂਦਾ ਕੋਈ, ਤੂੰ ਤਾਂ ਉਈ ਉਧਰ ਹੀ ਜਾਂਦੀ ਹੈ। ਜਾ ਜਾ, ਕੋਈ ਆ ਜਾਣਾ। ਉਹ ਇੱਕ ਮਿੱਠੀ ਦੇ ਦੇ ਕੁਛ। ਤੂੰ ਜਾ। ਫਿਰ ਹੁਣ ਕਦੋਂ ਮਿਲੇਗੀ? ਮੈਂ ਤੈਨੂੰ ਫੋਨ ਕਰ ਦੂੰ ਜਦੋਂ ਟਾਈਮ ਲੱਗਿਆ। ਪੱਕੀ ਗੱਲ? ਹਾਂ ਪੱਕੀ ਗੱਲ। ਸ਼ੋਕਾ ਚਲਾ ਗਿਆ, ਇਹ ਵੀ ਨਾ ਬਿਨਾਂ ਦੱਸਿਆ ਆਇਆ, ਇਹ ਵੀ ਕਦੇ ਮੇਰੀ ਲੱਤਾਂ ਤੜਾਊਗਾ।
ਜਿਹਨੇ ਲਾਲ ਪਰੀ ਨਾ ਪੀਤੀ ਰਨ ਕੁੱਟ ਕੇ ਸਿੱਧੀ ਨਾ ਕੀਤੀ। ਸਤਿ ਸ੍ਰੀ ਅਕਾਲ ਚਾਚਾ। ਸਤਿ ਸ੍ਰੀ ਅਕਾਲ ਦਾ ਠੀਕ ਹੈ, ਬੜੇ ਗਾਣੇ ਗਾਉਂਦਾ ਹੋਣਾ ਹੈ। ਬਹੁਤ ਚਾਚਾ, ਆਹ ਗਾਣੇ ਜੇ ਗਾ ਕੇ ਨਾ ਚਿੱਤ ਜਿਹਾ ਪਰਚਾ ਲੈਂਦੇ ਹਾਂ। ਉਹ ਚੱਲ, ਚਿੱਤ ਵੀ ਪਰਚਾਉਣਾ ਜ਼ਰੂਰੀ ਹੈ। ਪਰ ਚਾਚਾ ਤੂੰ ਕਿੱਧਰੋਂ? ਉਹ ਮੈਂ ਤਾਂ ਮੱਗਰ ਕੇ ਘਰੇ ਗਿਆ ਸੀ, ਸਪਰੇਅ ਜੀ ਮੰਗਾਉਣੀ ਸੀ, ਪੈਸੇ ਦੇ ਕੇ ਆਇਆ। ਮੱਗਰ ਤਾਂ ਮੈਨੂੰ ਰਸਤੇ 'ਚ ਮਿਲਿਆ। ਰਸਤੇ 'ਚ ਮਿਲਿਆ? ਹਾਂ। ਉਹ ਚੱਲ ਠੀਕ ਹੈ ਸੱਤੀ, ਮੈਂ ਚੱਲਦਾ ਹੈ। ਨਹੀਂ ਨਹੀਂ ਠੀਕ ਨਹੀਂ ਚਾਚਾ, ਥੋੜ੍ਹਾ ਜਿਹਾ ਮੇਰਾ ਧਿਆਨ ਵੀ ਰੱਖੀ। ਚੱਲ ਕੋਈ ਨਹੀਂ, ਭੇਲੀ ਫੁੱਟੂਗੀ ਤਾਂ ਗੁੜ ਭੋਰਾ ਵੰਡ ਦਾਂਗੇ ਤੈਨੂੰ ਵੀ। ਹਾਂ ਭੁੱਲਣਾ ਜਾਈ। ਨਹੀਂ ਭੁੱਲਦਾ। ਠੀਕ ਹੈ। ਕਿਵੇਂ ਭਾਬੀ, ਪਿਆ ਚਲੀ ਜਾਂਦੀ ਸੀ? ਮੈਂ ਸਬਜ਼ੀ ਬਣਾ ਕੇ ਰੱਖਦਾ। ਅੱਛਾ, ਤੂੰ ਤਿਆਰ ਨਹੀਂ ਹੋਈ ਕਾਲਜ ਲਈ? ਅੱਜ ਤਾਂ ਭਾਬੀ ਛੁੱਟੀ ਹੈ ਮੇਰੀ। ਅੱਜ ਕਾਹਦੀ ਛੁੱਟੀ ਕਰਤੀ? ਪਤਾ ਨਹੀਂ, ਕਾਲਜ ਵਾਲੇ ਛੁੱਟੀ ਹੈ ਕੋਈ। ਅੱਛਾ, ਹਾਂ ਚੱਲ ਘਰੇ ਕੰਮ ਤੂੰ ਕੰਮ ਧੰਦਾ ਕਰਾ ਦੀ ਮੇਰੇ ਨਾਲ। ਹਾਂ ਦੱਸ ਭਾਬੀ ਕੀ ਕੰਮ ਕਰਨਾ, ਮੈਂ ਕਦੋਂ ਜਵਾਬ ਦਿੱਤਾ? ਮੈਂ ਤੇਰੇ ਨਾਲ ਇੱਕ ਗੱਲ ਕਰਨੀ ਆ। ਹਾਂ ਭਾਬੀ। ਤੇਰੇ ਵੀਰੇ ਨੇ ਨਾ ਇੱਕ ਮੁੰਡਾ ਵੇਖਿਆ, ਜੇ ਤੂੰ ਕਵੇਂ ਤਾਂ ਆਪਾਂ ਗੱਲ ਕਰ ਲੈਂਦੇ ਹਾਂ। ਲੈ ਭਾਬੀ, ਇੰਨੀ ਕਾਹਦੀ ਗਾਲੀ ਆ, ਮੈਂ ਤਾਂ ਪੜ੍ਹ ਕੇ ਜਵਾਬ ਕਰੂੰਗੀ। ਉਹ ਜੋਬ ਤਾਂ ਕਰ ਲਈ, ਅਸੀਂ ਕਦੋਂ ਕਹਿੰਦੇ ਹਾਂ ਨਾ ਕਰੀ, ਅਗਲਾ ਵੀ ਜੋਬ ਕਰਦਾ। ਲੈ ਅਗਲੇ ਨੇ ਜੇ ਮੈਨੂੰ ਕੱਲ੍ਹ ਨੂੰ ਵਿਆਹ ਤੋਂ ਬਾਅਦ ਜੋਬ ਨਾ ਕਰਨ ਦਿੱਤੀ ਫਿਰ? ਆਪਾਂ ਗੱਲ ਖੋਲਾਂਗੇ ਅਗਲੇ ਨਾਲ, ਨਾਲੇ ਵੇਖਣ 'ਚ ਕੀ ਹਰਜਾ ਆ, ਪਸੰਦ ਆਇਆ ਤਾਂ ਹਾਂ ਕਰ ਦਾਂਗੇ, ਨਹੀਂ ਤਾਂ ਨਾ ਸਹੀ। ਤੁਸੀਂ ਟਾਂਗੇ ਖੁਸ਼ ਹੋ ਮੈਨੂੰ? ਅਤੇ ਹੁਣ ਇੱਕ ਨਾ ਇੱਕ ਦਿਨ ਤਾਂ ਜਾਣਾ ਹੀ ਆਪਦੇ ਘਰੇ। ਅਤੇ ਜੇ ਤੂੰ ਕਰਾਉਣਾ ਉਦੋਂ ਤਾਂ ਕਰਾਉਣਾ ਹੀ ਆ, ਹੁਣ ਕਿ ਵਾਹ ਪਾਵਾਂ ਗੱਲ। ਹੋਰ ਬੁੱਢੀ ਹੋ ਕੇ ਕਰਾਈ? ਕਰਾ ਲੂੰਗੀ, ਸਾਲ ਨੂੰ ਕਰਾ ਲੂੰਗੀ ਮੈਂ। ਅੱਛਾ ਭਾਬੀ, ਮੈਂ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ। ਦੱਸ। ਉਹ ਆਪਣੇ ਵਿੱਕੀ ਨਹੀਂ ਆ? ਵਿੱਕੀ ਕਿਹੜਾ ਵਿੱਕੀ? ਉਹ ਨੰਬਰਦਾਰਾਂ ਦਾ ਜਿਹੜੇ ਫਿਰੋਜ਼ਪੁਰੀਏ ਆ। ਉਹ ਜਿਹੜੇ ਨਵੇਂ ਆਏ? ਹਾਂ। ਅੱਛਾ ਕੀ ਹੋ ਗਿਆ? ਉਹ ਨਾ ਮੇਰਾ ਰਾਹ ਰੋਕ ਕੇ ਖਲੋ ਗਿਆ ਸੀ। ਅੱਛਾ, ਹਾਂ ਕਦੋਂ? ਆਹੀ ਕੱਲ੍ਹ ਦੀ ਗੱਲ ਆ। ਮੇਰਾ ਇਰਾਦਾ ਮੈਂ ਵੀਰੇ ਨੂੰ ਦੱਸਦਾ। ਨਾ ਨਾ, ਤੇਰੇ ਵੀਰ ਨੂੰ ਨਾ ਦੱਸੀ, ਉਹਦਾ ਗੁੱਸਾ ਭੈੜਾ ਆ। ਕੋਈ ਨਾ, ਉਹਨੂੰ ਤਾਂ ਲੰਬੂ ਜੇ ਨੂੰ ਮੈਂ ਦੱਸੂ, ਉਹਦੀਆਂ ਮੰਮੀ ਨੂੰ ਲਾਂਭਾ ਦੇ ਕੇ ਆਊਂ। ਕੋਈ ਨਾ ਮੈਂ। ਠੀਕ ਆ ਭਾਬੀ, ਫਿਰ ਤੂੰ ਆਪੇ ਗੱਲ ਕਰ ਲਈ। ਮੈਂ ਆਪੇ ਕਰ ਲੂੰ, ਤੇਰੇ ਵੀਰੇ ਕੋਲੇ ਨਾ ਗੱਲ ਕਰਦੀ। ਠੀਕ ਆ ਭਾਬੀ, ਚੰਗਾ ਮੈਂ ਪੜ੍ਹ ਲਾ। ਭਾਬੀ ਪੜ੍ਹ ਲਾ। ਲੈ ਅੱਜ ਇਹ ਵੀ ਨਹੀਂ ਕਾਲਜ ਜਾਂਦੀ। ਮੈਨੂੰ ਆਏ ਤੀ ਮਾਂ, ਜੇ ਅੱਜ ਜਾਊਗੀ ਉਹਨੂੰ ਬੁਲਾ ਲੂੰਗੀ। ਚੱਲ ਇਹ ਵੀ ਮੇਰੀ ਜੜ੍ਹਾਂ 'ਚ ਹੀ ਬੈਠੀ ਹੋਈ ਹੈ। ਆ ਉੱਠ ਖੜੋ ਹੁਣ, ਕਿੱਡਾ ਕਿੱਡਾ ਦਿਨ ਚੜ੍ਹਿਆ ਆ। ਕੀ ਆ ਯਾਰ, ਤੂੰ ਵੀ ਤਾਂ ਨੀਂਦ ਖਰਾਬ ਕਰਕੇ ਧਰ ਦਿੰਦੀ ਆ। ਲੈ ਹਜੇ ਨੀਂਦ ਰੜਕਦੀ ਹੋਈ ਆ, ਸੂਰਜ ਉੱਤੇ ਚੜ੍ਹਿਆ। ਪਹਿਲਾਂ ਪੜੋ, ਚਾਹ ਪੀ ਲਓ। ਬਹਿ ਜਾ ਬਿੱਲੋ। ਐਂ ਦੱਸ ਫਿਰ, ਖੁਸ਼ਖਬਰੀ ਕਦੋਂ ਦੇ ਰਹੀ ਆ? ਕਾਹਦੀ ਖੁਸ਼ਖਬਰੀ? ਓਏ ਲਾਲ ਦੀ ਹੋਰ ਕਾਹਦੀ ਖੁਸ਼ਖਬਰੀ? ਲਾਲ ਕੀ, ਮੈਂ ਉੱਪਰੋਂ ਲਿਆਉਣਾ ਵਾ, ਰਾਤ ਨੂੰ ਤਾਂ ਡਾਕੇ ਪੈ ਜਾਂਦੇ ਹੋ ਤੁਸੀਂ। ਅੱਛਾ, ਖੁਸ਼ਖਬਰੀ ਦੇਵਾਂਗੀ ਇਹ ਗੱਲ। ਚੱਲ ਕੋਈ ਨਾ, ਹੁਣ ਅੱਗੇ ਵਾਸਤੇ ਦਾਰੂ ਨਹੀਂ ਪੀਆ ਕਰਦਾ, ਤੈਨੂੰ ਟਾਈਮ ਦੇਊਂਗਾ ਹੁਣ ਮੈਂ। ਚੰਗਾ ਚੰਗਾ, ਤੂੰ ਪੀ ਲਈ ਜਾ। ਮੈਂ ਤਾਂ ਪੀ ਲਈ, ਮੈਂ ਤਾਂ ਰੋਟੀ ਵੀ ਬਣਾਤੀ। ਅੱਜ ਤਾਂ ਬੜੀ ਗੁਲਾਬ ਦੇ ਫੁੱਲ ਵਾਂਗੂ ਖਿੜੀ ਫਿਰਦੀ ਹੈ। ਅਤੇ ਹੁਣ ਮੈਂ ਤਾਂ ਨਹਾਉਣਾ ਧੋਣਾ ਹੀ ਸੀ, ਤੁਸੀਂ ਪਏ ਹੋ ਜੇ। ਚੱਲ ਮੈਂ ਵੀ ਨਹਾਉਣਾ ਫਿਰ। ਨਹਾ ਲਓ ਹੁਣ, ਤੁਸੀਂ ਖੇਤ ਜਾਣਾ।
ਖੇਤ ਵੀ ਜਾਣਾ ਹੋ ਰਿਹਾ ਯਾਰਾ। ਅੱਛਾ ਚੱਲ ਜਲਦੀ ਆ ਜਿਓ, ਤੁਹਾਡੇ ਕੋਲ ਤਾਂ ਮੇਰੇ ਲਈ ਟਾਈਮ ਘੱਟ ਹੁੰਦਾ, ਖੇਤ ਵਾਸਤੇ ਜਾਂ ਯਾਰਾਂ ਦੋਸਤਾਂ ਵਾਸਤੇ। ਕੋਈ ਨਾ, ਹੁਣ ਤੇਰੇ ਵਾਸਤੇ ਟਾਈਮ ਕੱਢਿਆ ਕਰੂੰਗਾ ਮੈਂ, ਵੇਖਾਂਗੇ ਜਦੋਂ ਕੱਢੋਗੇ। ਐਵੇਂ ਨਿੱਕੀ ਨਿੱਕੀ ਗੱਲ ਪਿੱਛੇ ਨਾਰਾਜ਼ ਹੋਈ ਜਾਂਦੀ ਯਾਰ ਤੂੰ ਤਾਂ। ਨਿੱਕੀ ਗੱਲ ਆ, ਕਿੰਨੇ ਸਾਲ ਹੋ ਗਏ ਆਪਣੇ ਵਿਆਹ ਨੂੰ। ਅੱਛਾ ਚੱਲ ਕੋਈ ਨਾ, ਚਲੋ ਤੁਸੀਂ ਹੁਣ ਪੈ ਨਾ ਜਾਇਓ, ਦੁਬਾਰੇ ਉੱਠ ਕੇ ਬਾਹਰ ਨੂੰ ਆ ਜਾਓ ਹੁਣ। ਉਹ ਨਹੀਂ ਪੈਂਦਾ ਹੁਣ, ਚੰਗਾ ਮੈਂ ਵੀ ਦੇਖ ਲਾਂ ਕੋਈ ਕੰਮ ਧੰਦੇ, ਬਾਕੀ ਨਿਬੇੜ ਲਾਂ। ਚੱਲ ਨਿਬੇੜ ਲਾ, ਇਹ ਵੀ ਨਾ ਚੱਲ ਲੇਜੀ ਹੋਈ ਖਿਜੀ ਰਹਿੰਦੀ ਹਰੇਕ ਗੱਲ 'ਤੇ। ਕੰਮ ਧੰਦਾ 'ਚ ਨਹੀਂ ਟਾਈਮ ਲੱਗਦਾ ਬੰਦੇ ਦਾ, ਦੱਸ ਕੀ ਖਾਸ ਗੱਲ ਆ। ਹੁਣ ਮਗਰਾ ਕੱਢਣਾ ਪਿਆ ਕਰੂ ਟਾਈਮ। ਕੀ ਗੱਲ, ਸੌਖਾ 'ਚ ਕਾਲਜ ਨਹੀਂ ਗਈ? ਨਾ ਵੀਰੇ, ਅੱਜ ਤਾਂ ਕਾਲਜ ਤੋਂ ਛੁੱਟੀ ਸੀਗੀ। ਅੱਛਾ ਹਾਂ, ਅਤੇ ਪੇਪਰ ਪੂਪਰ ਕਦੋਂ ਆ? ਬਸ ਵੀਰੇ ਉਹਦੀ ਤਿਆਰੀ ਕਰ ਰਹੀ ਹਾਂ। ਚੱਲ ਵਧੀਆ, ਮਨ ਲਾ ਕੇ ਪੜ੍ਹ। ਹਾਂ ਵੀਰੇ। ਗਾਹਾਂ ਕੀ ਸੋਚਿਆ? ਗਾਹ ਵੀ ਵੀਰੇ ਮੈਂ ਜੋਬ ਹੀ ਕਰੂੰਗੀ। ਅੱਛਾ ਹਾਂ, ਹੁਣ ਤਾਂ ਪਹਿਲਾਂ ਮੈਂ ਜੋਬ ਕਰਨੀ, ਪੜ੍ਹਾਈ ਪੂਰੀ ਹੋਣ ਵਾਲੀ ਆ। ਚੱਲ ਠੀਕ ਆ, ਕੋਈ ਗੱਲ। ਅੱਛਾ ਵੀਰੇ ਮੈਂ ਚਾਹ ਬਣਾਉਣ ਲੱਗੀ ਸੀ, ਲੋਗੇ? ਚੱਲ ਬਣਾ ਲਾ, ਪੀ ਲਾਂਗੇ ਘੁੱਟ। ਠੀਕ ਆ ਵੀਰੇ। ਚਲੋ ਪੜ੍ਹ ਲਾ ਭਾਈ, ਤੇਰੇ ਕਰਮਾਂ ਦਾ ਰੱਬ ਤੈਨੂੰ ਦੇਈ ਜਾਊਗਾ, ਕੀ ਪਤਾ ਕੋਈ ਨੌਕਰੀ ਲੱਗ ਜਾਏ। ਲੈ ਬਿੱਲੋ ਦਾ ਬਾਹਰੇ ਟੱਕਰ ਗਈ ਹੈ। ਬੇ ਤੂੰ ਇੱਥੇ ਕੀ ਕਰਨਾ ਹੈ, ਸਾਰੇ ਘਰੇ ਨੇ, ਕਿਉਂ ਮਰਵਾਵੇਂਗਾ ਮੈਨੂੰ? ਮੈਂ ਤਾਂ ਮਿਲਣ ਆਇਆ ਤੈਨੂੰ। ਮਿਲਣ ਦਾ ਟਾਈਮ ਆ, ਕਿਉਂ ਮੇਰੀਆਂ ਲੱਤਾਂ ਵਢਾਉਣੀਆਂ ਨੇ ਤੂੰ? ਉਹ ਡਰਦੀ ਕਾਹਨੂੰ ਆ ਭਾਬੀ, ਮੈਂ ਤਾਂ ਸਪਰੇ ਲੈਣ ਆਇਆ। ਸਪਰੇ? ਹਾਂ। ਕੀ ਗੱਲ, ਮਰਨ ਦੀ ਤਿਆਰੀ ਆ? ਮੇਰਾ ਤਾਂ ਜੀ ਕਰਦਾ ਮੈਂ ਤੈਨੂੰ ਏ ਪਿਆਦਾ। ਹਾਂ ਮੈਂ ਪਿਆ ਦੇ ਮੈਨੂੰ ਤਾਂ। ਹੋਰ ਹੁਣ ਨਾ ਤਾਂ ਮਿਲਦੀ ਨਾ ਗੁਲ ਜਲਦੀ। ਬੇ ਮਿਲਾ ਕੀ ਤੇਰਾ ਕਾਲਜ ਆ, ਅੱਜ ਮੈਂ ਤੈਨੂੰ ਬੁਲਾਉਂਗੀ, ਉਹ ਸੁੱਖ ਘਰੇ ਆ, ਨਾਲੇ ਅੱਜ ਆਪ ਵੀ ਘਰੇ ਆ। ਘਰੀ ਆ? ਹਾਂ। ਫਿਰ ਮੈਂ ਜਾਨਾ ਅੰਦਰ, ਚੱਲ ਚਾਹ ਤਾਂ ਪਿਆਵੇਂਗੀ। ਵੇ ਚਾਹ ਤਾਂ ਤੂੰ ਡੱਫ ਲਈ, ਨਾਲੇ ਤੇਰੇ ਦਰਸ਼ਨ ਹੋ ਜਾਣਗੇ ਹੋਰ। ਹਾਂ ਚੱਲ, ਕੰਜਰ ਕਿਸੇ ਥਾਂ ਦਾ। ਓਏ ਆ ਵੀ ਜੇ ਲਿਆ। ਉਹ ਆ ਗਏ ਬਈ ਆ ਗਏ, ਉਹ ਮੈਨੂੰ ਇਹ ਆਉਣਾ ਪਿਆ ਫਿਰ। ਹੈਂ ਕਿਵੇਂ? ਉਹ ਸਪਰੇਅ ਜੀ ਲੈਣ ਆਏ ਸੀ ਮੈਂ ਤਾਂ। ਉਹ ਜੇ ਲਿਆ ਤੈਨੂੰ ਕੀ ਦੱਸਣਾ ਯਾਰ, ਕੱਲ੍ਹ ਸ਼ਹਿਰ 'ਚ ਟਾਈਮ ਹੀ ਬਹੁਤ ਲੱਗ ਗਿਆ, ਮੈਂ ਤਾਂ ਹਨੇਰੇ ਹੋਇਆ। ਅੱਛਾ ਹਾਂ, ਉਹ ਮਾਂ ਕਿਤੇ ਊਈ ਨਹੀਂ ਫੜਾ ਗਿਆ ਆ। ਨਹੀਂ ਨਹੀਂ, ਉਹ ਬਿੱਲੋ ਪਾਣੀ ਲੈ ਕੇ ਆਈ। ਹੋਰ ਦੱਸ, ਚਾਹ ਪੀਏਗਾ? ਪੀ ਲਾਂਗੇ ਚਾਹ ਤਾਂ, ਭਾਬੀ ਵੀ ਉਰੀ ਹੈ। ਅਤੇ ਭਾਬੀ ਨੇ ਕਿੱਥੇ ਜਾਣਾ, ਇੱਥੇ ਹੋਊ ਭਾਬੀ? ਉਹ ਮਾਂ ਕਿਤੇ ਡੰਗਰਾਂ ਡੁੰਗਰਾਂ ਵਾਲੇ ਪਾੜੇ 'ਚ ਗਈ ਹੋਈ ਹੋਵੇ। ਬਿੱਲੋ ਨਾਲੇ ਸਪਰੇਅ ਦਾ ਲੀਟਰ ਪਿਆ ਉੱਥੇ ਲਿਆ ਕੇ ਦੇ, ਕਾਲੇ ਲਿਫਾਫੇ ਧਰਿਆ ਪਿਆ। ਹੋਰ ਜਾ ਲਿਆ ਫਿਰ, ਮੱਕੀ ਮੁੱਕੀ ਬੀਜਤੀ? ਉਹ ਮੱਕੀ ਤਾਂ ਬਾਈ ਬਹੁਤ ਵੱਡੀ ਵੱਡੀ ਹੋ ਗਈ ਹੁਣ ਤਾਂ। ਅੱਛਾ ਹਾਂ, ਲੈ ਜਾ ਲਿਆ। ਉਹ ਪੈਸਾ ਟਕਾ ਤਾਂ ਨਹੀਂ ਕੀ ਵੱਧ ਘੱਟ? ਉਹ ਨਹੀਂ, ਪੈਸੇ ਲੱਗੀ ਤਾਂ ਖੈਰ ਆ, ਕਿਤੇ ਕੰਜਰਾਂ ਊ ਨਾ ਪੀਣੀ, ਮੇਰੇ 'ਤੇ ਪਰਚਾ ਦਰਜ ਹੋ ਜੇ। ਉਹ ਨਹੀਂ ਪੀਂਦਾ, ਨਹੀਂ ਪੀਂਦਾ, ਉਹ ਮੈਂ ਤਾਂ ਲੋਕਾਂ ਨੂੰ ਪਿਆ ਕੇ ਨਾ ਰੱਜਾਂ। ਅੱਛਾ, ਜੈਲਾ ਤੈਨੂੰ ਸਪਰੇਅ ਪੀਣ ਵਾਲਾ ਦਿਖਦਾ? ਐਂ ਤਾਂ ਮੈਨੂੰ ਪਤਾ, ਜੈਲਾ ਬਹੁਤ ਕੁੱਤੇ ਦਾ ਹੱਡ ਹੈ। ਚੱਲ ਠੀਕ ਹੈ, ਮਗਰਾਂ ਮੈਂ ਚੱਲਦਾ ਫਿਰ। ਹੈਂ, ਨਾਲੇ ਕਹਿੰਦਾ ਅਸੀਂ ਚਾਹ ਪੀਣੀ ਆ। ਓਏ ਟਾਈਮ ਲਾ ਦੂਗੀ ਭਾਬੀ। ਚੱਲ ਠੀਕ ਆ ਫਿਰ,
ਮੋਟਰ ਤੇ ਮਿਲਾਂ ਕਿਸੇ ਵੇਲੇ ਆਪਾਂ ਟਾਈਮ ਕੱਢ ਕੇ। ਚੱਲ ਠੀਕ ਆ, ਚੰਗਾ ਫਿਰ। ਚੰਗਾ ਹੈ ਤਾਂ ਕੰਜਰ ਦਾ ਕਿਤੇ ਧੀ ਪਤਾ ਕੋਈ ਨਹੀਂ, ਇਹਨੂੰ ਉਹਨਾਂ ਪਿਆਉਣ ਵਾਸਤੇ ਮੰਗਾਈ ਹੋਵੇ, ਠਾਲਾ ਕੋਈ ਨਹੀਂ ਇਹਦਾ। ਹੈਵੇ ਤੂੰ ਉਹ ਲੰਬੜਦਾਰਾਂ ਦਾ ਵਿੱਕੀ ਨਹੀਂ ਆ? ਹਾਂਜੀ ਨਾ, ਤੂੰ ਸਾਡੀ ਕੁੜੀ ਨੂੰ ਘੇਰ ਕੇ ਕੀ ਕਹਿਣਾ ਉਹਨਾਂ? ਨਾ ਭਾਬੀ ਮੈਂ ਤਾਂ ਨਹੀਂ ਛੇੜਿਆ ਉਹਨੂੰ। ਛੇੜਿਆ ਕਿਉਂ ਨਹੀਂ ਆ? ਉਹਨੇ ਮੈਨੂੰ ਸਾਰਾ ਕੁਝ ਦੱਸਤਾ, ਨਾਲੇ ਮੈਂ ਚੰਗੀ ਤਰ੍ਹਾਂ ਜਾਣਦੀ ਆ ਤੇਰੇ ਵਾਲੀ ਕਰਤੂਤਾਂ ਨੂੰ। ਮੈਂ ਦੱਸਾਂ ਬੰਦਾ ਬਣ ਜਾ, ਨਹੀਂ ਤਾਂ ਮੈਂ ਤੇਰੇ ਘਰੇ ਲਾਂਭਾ ਦੇਣਾ। ਨਾ ਭਾਬੀ ਲਾਂਭਾ ਨਾ ਦੇਈ ਘਰੇ, ਮਾਫੀ ਮੰਗਦਾ। ਹਾਂ ਚੱਲ, ਇਦੋਂ ਬਾਅਦ ਸਾਡੀ ਕੁੜੀ ਨੂੰ ਛੇੜਿਆ ਨਾ ਅੱਗੇ ਤੂੰ ਨਹੀਂ ਗਲਤੀ ਕਰਦਾ ਭਾਬੀ। ਹਾਂ ਨਹੀਂ ਤਾਂ ਬੰਦਾ ਤਾਂ ਮਿੰਟ 'ਚ ਬਣਾ ਦਾਂਗੇ ਅਸੀਂ। ਨਾ ਭਾਬੀ ਘਰੇ ਨਾ ਦੱਸੀ, ਚੱਲ ਜਾ। ਵੇਖਾਂ ਘੋੜ ਕਿਰ ਲਾ ਜਾ, ਵੱਡੀਆਂ ਆਸ਼ਕੀਆਂ ਮਾਰਦਾ ਆ। ਹੋਰ ਬੱਲੀ ਕੀ ਹਾਲ ਆ? ਉਹ ਵਧੀਆ ਵਿੱਕੀ, ਤੂੰ ਸੁਣਾ? ਵਧੀਆ ਵਧੀਆ ਯਾਰ, ਅੱਜ ਤਾਂ ਬਹੁਤ ਮੁਸ਼ਕਲ ਬਚਿਆ ਮੈਂ। ਕਿਉਂ, ਕੀ ਹੋ ਗਿਆ? ਯਾਰ ਸੁੱਖ ਦੀ ਭਾਬੀ ਮਿਲ ਗਈ ਸੀ ਮੈਨੂੰ। ਫਿਰ ਯਾਰ ਉਹ ਕਹਿੰਦੀ ਤੁਹਾਡੇ ਘਰੇ ਦੱਸ ਦੇਣਾ ਸਾਰਾ ਕੁਝ। ਸੱਚੀ? ਹਾਂ ਯਾਰ। ਚੱਲ ਕੋਈ ਨਾ, ਟੈਨਸ਼ਨ ਨਾ ਲੈ। ਯਾਰ ਟੈਨਸ਼ਨ ਹੋਈ ਜਾਂਦੀ ਆ। ਉਹ ਕੋਈ ਨਾ, ਟੈਨਸ਼ਨ ਨਾ ਲੈ, ਨਹੀਂ ਦੱਸਦੇ ਕੋਈ ਨਹੀਂ। ਯਾਰ ਮੈਂ ਯਾਰ ਸੁੱਖ ਨੂੰ ਪਿਆਰ ਵੀ ਕਰਦਾ, ਉਹਨੇ ਮੈਨੂੰ ਤਾਂ ਨਾ ਕਰ ਦਿੱਤੀ ਆ ਯਾਰ। ਚੱਲ ਕੋਈ ਨਹੀਂ, ਮੈਂ ਆਪੇ ਸਾਂਭ ਲੂ, ਨਹੀਂ ਕੁਛ ਵੀ ਹੁੰਦਾ। ਉਹਦੇ ਬਿਨਾਂ ਤਾਂ ਯਾਰ ਮੇਰੇ ਕੋਲ ਰਿਹਾ ਵੀ ਨਹੀਂ ਜਾਂਦਾ। ਚੱਲ ਰੋਟੀ ਚੰਗੀ ਲੱਗਦੀ ਆ, ਪਾਣੀ ਪੀਵਾਂ ਤਾਂ ਨਹੀਂ ਦਿਲ ਕਰਦਾ ਯਾਰ ਪਾਣੀ ਪੀਣ ਨੂੰ। ਚੱਲ ਕੋਈ ਨਾ, ਮੈਂ ਆਪੇ ਸਾਂਭ ਲੂ, ਟੈਨਸ਼ਨ ਨਾ ਲੈ। ਯਾਰ ਮੇਰਾ ਤਾਂ ਦਿਲ ਕਰਦਾ ਬਸ ਮੈਂ ਉਹਦੇ ਨਾਲ ਵਿਆਹ ਹੀ ਕਰਾਵਾਂ। ਚੱਲ ਕੋਈ ਨਾ, ਆਪਾਂ ਕਰ ਲੈਂਦੇ ਹਾਂ, ਹਾਲੇ ਟੈਨਸ਼ਨ ਨਹੀਂ ਲਈਦਾ ਹੁੰਦਾ। ਕਿੱਦਾਂ ਮੁੰਡਿਓ? ਵਧੀਆ ਵਧੀਆ ਵਧੀਆ। ਕੀ ਹੋਇਆ ਤੈਨੂੰ, ਕਿਵੇਂ ਟੈਨਸ਼ਨ ਵਿੱਚ ਬੈਠਾ? ਨਹੀਂ ਨਹੀਂ ਕੋਈ ਗੱਲ ਨਹੀਂ ਯਾਰ। ਉਹ ਦੱਸ ਦੇ ਭਰਾ ਤੇਰਾ। ਕੋਈ ਨਹੀਂ ਗੱਲ ਯਾਰ ਇਦਾਂ ਦੀ। ਨਾਲੇ ਇੱਕ ਗੱਲ ਹੋਰ। ਹਾਂਜੀ ਬਾਈ। ਪਿੰਡ 'ਚ ਚਰਚੇ ਹੋ ਰਹੇ ਨੇ ਤੁਹਾਡੇ ਕੰਜਰ ਦਿਓ। ਸਾਡੇ ਚਰਚੇ? ਅਸੀਂ ਕੀ ਕਰਦਾ ਬਾਈ? ਤੁਸੀਂ ਤਾਂ ਐ ਸਿਆਣੇ ਬਣਦੇ ਹੋ ਜਿਵੇਂ ਤੁਹਾਨੂੰ ਪਤਾ ਹੀ ਨਹੀਂ। ਨਹੀਂ ਯਾਰ ਅਸੀਂ ਕੋਈ ਗੱਲ ਦੱਸੋ ਕੀ ਕੀਤੀ ਆ? ਮੈਂ ਤਾਂ ਮਜ਼ਾਕ ਕਰਦਾ। ਜਾ ਸੱਤੀ ਯਾਰ, ਹੁੰਦਾ ਮਜ਼ਾਕ। ਚੱਲ ਠੀਕ ਹੈ ਠੀਕ ਹੈ, ਚੱਲ ਠੀਕ ਹੈ, ਚੰਗਾ ਓਕੇ। ਯਾਰ ਇਹਨੇ ਤਾਂ ਹੋਰ ਟੈਨਸ਼ਨ ਪਾ ਦਿੱਤੀ ਯਾਰ। ਮੇਰਾ ਤਾਂ ਯਾਰ ਦਿਲ ਹੀ ਡਰ ਗਿਆ ਯਾਰ, ਮੈਂ ਕਿਹਦੇ ਨੂੰ ਵੀ ਨਾ ਪਤਾ ਲੱਗ ਜਾਏ। ਚੱਲ ਕੋਈ ਨਾ, ਟੈਨਸ਼ਨ ਨਹੀਂ ਲੈਂਦਾ, ਚੱਲ ਚੱਲਦੇ ਆਪਾਂ ਘਰ। ਚੱਲ ਚੱਲਦੇ ਆ। ਅੱਜ ਤਾਂ ਜੀ ਭਰ ਕੇ ਦੇਖਣ ਨੂੰ ਜੀ ਕਰਦਾ, ਬਹੁਤ ਦਿਨਾਂ ਬਾਅਦ ਮਿਲੇ ਆ। ਬਿੱਲੋ ਹਗੜਾ ਕਦੇ ਵੇਖਿਆ ਨਹੀਂ ਤੁਸੀਂ? ਨਾ, ਜਿਹੜੀ ਆ ਮੁਲਾਕਾਤ ਹੈ ਨਾ, ਇਹ ਤਾਂ ਬਹੁਤ ਵਧੀਆ ਮੁਲਾਕਾਤ ਹੋਈ ਹੈ। ਕੀ ਕਰਾਂ, ਪਹਿਲਾਂ ਤਾਂ ਉਹ ਘਰੇ ਰਹਿੰਦਾ, ਫਿਰ ਸੁੱਖ, ਹੁਣ ਪੇਪਰ ਦੇਣ ਗਈ ਆ, ਸ਼ਾਮ ਤੱਕ ਨਹੀਂ ਉਹਨੇ ਆਉਣਾ। ਪੱਕੀ ਗੱਲ ਹੈ? ਹਾਂ। ਫਿਰ ਤਾਂ ਨਜ਼ਾਰੇ ਨਜ਼ਾਰੇ ਨੇ ਅੱਜ। ਹੋਰ ਆਉਂਦੇ ਹੋਏ ਤਾਂ ਨਹੀਂ ਵੇਖਿਆ ਕਿਸੇ ਨੇ? ਉਹ ਮੈਨੂੰ ਕਿਹਨੇ ਦੇਖਣਾ, ਜੇ ਕੋਈ ਦੇਖ ਵੀ ਲੈਂਦਾ, ਉਹਨੂੰ ਪਤਾ ਤਾਂ ਹੈ ਵੀ ਮੈਂ ਕਰਕੇ ਕਰ ਗਿਆ। ਉਹੀ ਨਾ ਕਿਤੇ ਪਿੰਡ 'ਚ ਪਤਾ ਲਵਾ ਦਿਓ, ਬੇਇੱਜ਼ਤੀ ਹੋ ਜਾਣੀ ਆ। ਉਹ ਨਹੀਂ ਬੇਇੱਜ਼ਤੀ ਹੁੰਦੀ। ਲੈ ਫਿਰ ਕਿਉਂ ਖੁਸ਼ ਹਾਂ ਫਿਰ ਅੱਜ ਤਾਂ? ਮੈਂ ਤਾਂ ਖੁਸ਼ ਹਾਂ, ਤੁਸੀਂ? ਮੈਂ ਤਾਂ ਖੁਸ਼ ਹੋਣਾ ਹੀ ਹੈ, ਹੁਣ ਤਾਂ ਉੱਤਰ ਗਏ ਲਾਂਭੇ ਸਾਰੇ। ਮੈਂ ਕਿਹਾ ਜਮਾਂ ਐਨ ਰੱਜ ਕੇ ਲਾਏ ਨੇ ਲਾਂਭੇ ਤਾਂ ਅੱਜ ਤਾਂ। ਚੱਲ ਠੀਕ ਹੈ ਫਿਰ, ਹੁਣ ਕਦੋਂ ਮਿਲੇਗੀ? ਕੋਈ ਨਾ,
ਜਿਵੇਂ ਅੱਜ ਟਾਈਮ ਲੱਗਿਆ ਐਵੇਂ ਕਦੇ ਫੇਰ ਸੀ। ਪੱਕੀ ਗੱਲ ਹੈ? ਚੱਲ ਠੀਕ ਹੈ, ਮੈਂ ਚੱਲਦਾ ਫਿਰ। ਹੈਂ, ਚੰਗਾ। ਇੰਨੀ ਤਿਆਰੀ ਕੀਤੀ ਸੀ, ਅੱਜ ਤਾਂ ਪੇਪਰ ਹੀ ਕੈਂਸਲ ਹੋ ਗਿਆ, ਸਾਰਾ ਮੂਡ ਆਫ ਹੋ ਗਿਆ। ਤੂੰ ਅੱਜ ਏਡੀ ਜਲਦੀ ਆ ਗਈ। ਵਧੀਆ ਹੋਇਆ ਜਲਦੀ ਆ ਗਈ, ਨਹੀਂ ਤਾਂ ਕੁਛ ਮੈਨੂੰ ਕਿੱਥੋਂ ਪਤਾ ਲੱਗਣਾ ਸੀ। ਕੀ ਪਤਾ ਲੱਗਣਾ ਸੀ? ਮੈਂ ਨਾ ਭਾਬੀ ਆਪਦੇ ਅੱਖੀ ਦੇਖ ਲਿਆ, ਹੁਣ ਪੜਦੇ ਜੇ ਨਾ ਪਾਓ। ਤੁਹਾਨੂੰ ਪਤਾ ਵੀ ਆ ਜੇ ਵੀਰੇ ਨੂੰ ਪਤਾ ਲੱਗ ਜਾਂਦਾ ਉਹ ਤਾਂ ਤੁਹਾਨੂੰ ਜਾਨੋਂ ਮਾਰ ਦਿੰਦਾ। ਸਾਨੂੰ ਨਹੀਂ ਪਤਾ ਸੀ ਸਾਡੇ ਮਗਰ ਤੁਸੀਂ ਆਹ ਕੁਛ ਕਰਦੇ ਫਿਰਦੇ ਹੋ। ਨਾਲੇ ਮੈਂ ਇਹ ਵੀ ਸਮਝ ਗਈ ਵੀ ਜੈਲਾ ਕਿਉਂ ਆਉਂਦਾ ਸੀ ਘਰੇ। ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਜਿੱਦਾਂ ਤੂੰ ਸਮਝਦੀ ਹੈ। ਹੱਦ ਆ ਭਾਬੀ, ਹਜੇ ਵੀ ਤੁਸੀਂ ਪੜਦੇ ਪਾਈ ਜਾਂਦੇ ਹੋ, ਹੁਣ ਤਾਂ ਮੈਂ ਅੱਖੀ ਵੇਖ ਲਿਆ ਸਾਰਾ ਕੁਛ। ਮੈਂ ਨਾ ਵੀਰੇ ਨੂੰ ਦੱਸੂੰਗੀ ਹੁਣ। ਨਹੀਂ ਨਹੀਂ, ਇਹੋ ਜਿਹਾ ਕੰਮ ਨਾ ਕਰੀ ਸੁੱਖ, ਜੇ ਤੇਰੇ ਵੀਰੇ ਨੂੰ ਪਤਾ ਲੱਗ ਗਿਆ ਮੇਰਾ ਘਰ ਉੱਜੜ ਜਾਣਾ। ਨਾ ਘਰ ਉੱਜੜਨ ਦਾ ਪਹਿਲਾਂ ਨਹੀਂ ਪਤਾ ਸੀ? ਮੈਨੂੰ ਮਾਫ਼ ਕਰ ਦੇ, ਮੇਰੇ ਤੋਂ ਗਲਤੀ ਹੋ ਗਈ, ਮੇਰੀ ਅਕਲ 'ਤੇ ਪਰਦਾ ਪੈ ਗਿਆ ਸੀ, ਜਿਹਨਾਂ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਗਲਤ ਕੀ ਹੈ ਅਤੇ ਸਹੀ ਕੀ ਹੈ। ਉਮੀਦ ਨਹੀਂ ਸੀ ਭਾਬੀ ਤੁਹਾਡੇ ਤੋਂ ਵੀ ਤੁਸੀਂ ਆਹ ਕੁਛ ਕਰੋਗੇ। ਬਸ ਇੱਕ ਵਾਰੀ ਮਾਫ਼ ਕਰ ਦੇ, ਅਗਲੀ ਵਾਰੀ ਇਹੋ ਜਿਹਾ ਕੁਛ ਨਹੀਂ ਹੁੰਦਾ। ਭਾਬੀ ਇੰਨਾ ਕੰਮਾਂ 'ਚ ਨਾ ਕੁਛ ਨਹੀਂ ਰੱਖਿਆ, ਘਰ ਉੱਜੜਦੇ ਹੁੰਦੇ ਆ, ਟਾਈਮ ਨਾਲ ਸੰਭਲ ਜਾਓਗੇ ਚੰਗੇ ਰਹੋਗੇ। ਠੀਕ ਆ ਸੁੱਖ। ਸੁੱਖ, ਕੀ ਗੱਲਬਾਤ ਹੋ ਰਹੀ ਹੈ ਨਾਲ ਦੇ ਭਰਜਾਈ 'ਚ? ਕੁਛ ਨਹੀਂ ਵੀਰੇ, ਉਹ ਤਾਂ ਮੈਂ ਕਾਲਜ ਤੋਂ ਪਹਿਲਾਂ ਆ ਗਈ ਸੀ, ਮੈਂ ਕਿਹਾ ਮੇਰਾ ਚਾਹ ਚੂਹ ਬਣਾ ਦਿਓ ਮੈਨੂੰ। ਅੱਛਾ ਅੱਛਾ, ਹਾਂ ਥੋੜ੍ਹੀ ਤਬੀਅਤ ਇੰਨੀ ਠੀਕ ਹੈਗੀ ਸੀਗੀ ਮੇਰੀ। ਚੱਲ ਰੈਸਟ ਕਰ ਲਾ ਫਿਰ ਤੂੰ। ਠੀਕ ਆ, ਚੱਲ ਬਿੱਲੋ ਚਾਹ ਬਣਾ ਕੇ ਪਿਆ ਦੇ ਸੁੱਖ ਨੂੰ। ਹਾਂ ਮੈਂ ਲਿਆਉਂਦੀ ਬਣਾ ਕੇ, ਤੁਹਾਡੇ ਲਈ ਵੀ ਬਣਾਵਾਂ? ਹਾਂ ਹਾਂ ਬਣਾ ਲਿਓ ਮੇਰੇ ਵਾਸਤੇ ਵੀ। ਸ਼ੁਕਰ ਆ ਰੱਬਾ ਤੇਰਾ, ਆਨੰਦ ਭਰਜਾਈਆਂ 'ਚ ਇੰਨਾ ਪਿਆਰ ਆ, ਇਹਨਾਂ ਦਾ ਪਿਆਰ ਐਵੇਂ ਜ਼ਿਕਰ ਹੀ ਬਣਾਈ ਰੱਖੀ, ਕਿਸੇ ਦੀ ਬੁਰੀ ਨਜ਼ਰ ਨਾ ਲੱਗ ਜਾਏ ਕਿਤੇ ਸਾਡੇ ਘਰ ਨੂੰ।